ਗੁੱਡ ਮਾਰਨਿੰਗ ਟੀਮ ਸਿਕਨੋਮਿਕਸ ਮੈਂ ਡਾਕਟਰ ਕੁਲਵੀਰ ਅੱਜ 4 ਜਨਵਰੀ 2024 ਗੱਲ ਕਰਦੇ ਆ ਗੋਲਡ ਅਨਲਿਸਿਸ ਦੇ ਕੁਇਕ ਰਿਵਿਊ ਦੀ ਜਿਵੇਂ ਕਿ ਦੇਖ ਸਕਦੇ ਹੋ ਕੱਲ ਗੋਲਡ ਨੇ ਆਪਣਾ 20 30 ਤੱਕ ਦਾ ਸਫਰ ਡਾਊਨਵਰਡ ਤੈਅ ਕੀਤਾ ਸੀ ਹੁਣ ਅਸੀਂ ਇਸ ਵੇਲੇ ਗੋਲਡ ਐਕਚੁਅਲੀ ਓਵਰਆਲ ਇੱਕ ਕਨਸੋਲਿਡੇਸ਼ਨ ਫੇਸ ਚ ਹੈਗਾ ਉੱਪਰ ਜਿਹੜਾ ਹੈਗਾ ਉਹ 2077 ਤੋਂ ਨਹੀਂ ਬ੍ਰੇਕ ਕਰ پا ਰਿਹਾ ਸਸਟੇਨ ਨਹੀਂ ਕਰ پا ਰਿਹਾ ਤੇ 2030 ਨੂੰ ਤੋ ਜਿਹੜੀ ਸਪੋਰਟ ਲੈ ਰਿਹਾ ਤੇ ਇਨ ਬਿਟਵੀਨ ਮੂਵ ਕਰ ਰਿਹਾ ਜੇ ਅਸੀਂ ਫੰਡਾਮੈਂਟਲ ਨਿਊਜ਼ ਦੀ ਗੱਲ ਕਰੀਏ ਅੱਜ ਦੇ ਦਿਨ ਥਰਸਡੇ ਨੂੰ ਸੋ ਸਾਡੇ ਕੋਲ ਤਿੰਨ ਜਿਹੜੀਆਂ ਹੈਗੀਆਂ ਉਹ ਹਾਈ ਇੰਪੈਕਟ ਨਿਊਜ਼ ਹੈਗੀਆਂ ਇੱਕ ਤਾਂ ਹੈਗੀ ਹੈ ਏਡੀਪ ਨੌਨ ਫਾਰਮ ਪੇਰੋਲ ਜਿਹੜੀ ਕਿ 4:30 ਵਜੇ ਸ਼ਾਮ ਨੂੰ ਸ케ਜੂਲ ਹੈ ਫਿਰ ਇਨੀਸ਼ਲ ਜੌਬलेस ਕਲੇਮਸ ਨੇ 7:00 ਵਜੇ ਉਸ ਤੋਂ ਬਾਅਦ ਸਵੇਰ 8:00 ਵਜੇ ਐਸਐਨਪੀ ਗਲੋਬਲ ਸਰਵਿਸਿਜ਼ ਪੀਐਮ ਦਾ ਡਾਟਾ ਰਿਲੀਜ਼ ਹੋਏਗਾ ਸੋ ਬੜਾ ਵੋਲਟਿਲਿਟੀ ਵਾਲਾ ਦਿਨ ਰਹਿਣ ਵਾਲਾ ਹੈ ਅੱਜ ਦਾ ਜਿਵੇਂ ਕਿ ਇਸ ਵੇਲੇ ਦੇਖ ਸਕਦੇ ਹੋ ਡੇਲੀ ਕੈਂਡਲ ਦੇ ਵਿੱਚ ਕੱਲ ਜਿਹੜੀ ਹੈਗੀ ਹੈ ਇੱਕ ਡਾਊਨਵਰਡ ਲੌਂਗ ਵਿਕ ਦੇ ਨਾਲ ਕੈਂਡਲ ক্লোਜ਼ ਹੋਈ ਕੱਲ ਦੀ ਡੇਲੀ ਕੈਂਡਲ ਅੱਜ ਹੋ ਸਕਦਾ ਹੈ ਇਹ ਵਿਕ ਫਿਲ ਕਰੇ 20 30 ਤੱਕ ਵਾਪਸ ਆਵੇ ਵਿਕ ਫਿਲ ਕਰਕੇ ਸਪੋਰਟ ਲੈ ਕੇ ਇਹ ਏਰੀਆ ਸਪੋਰਟ ਦਾ ਏਰੀਆ ਹੈ ਸੋ ਵਾਪਸ ਉੱਤੇ ਦੀ ਵਾਪਸੀ ਕਰੇ ਕਿਉਂਕਿ 골ਡ ਦਾ ਕੋਈ ਜ਼ਿਆਦਾ ਡਾਊਨਵਰਡ ਮੂਵਮੈਂਟ ਨਹੀਂ ਹੋਏਗੀ 4 ਆਵਰਸ ਦੇਖ ਸਕਦੇ ਹੋ ਆਲਰੇਡੀ ਨੇ ਅਪਵਰਡ ਦਾ ਸਫਰ ਤੈਅ ਕਰ ਚੁੱਕੀ ਹੈ ਤੁਹਾਡੀ ਜਿਹੜੀ ਕੈਂਡਲ ਹੈਗੀ ਹੈ 4 ਆਵਰ ਦੀ ਬਟ ਅਪਸਾਈਡ ਤੋਂ ਲिटल बिट रिजेक्शन ਮਿਲ ਰਹੀ ਹੈ 1 ਆਵਰ ਦੇ ਵਿੱਚ ਜਿਵੇਂ ਕਿ ਦੇਖ ਸਕਦੇ ਹਾਂ سپورਟ ਤੇ ਰੈジਸਟੈਂਸ ਅਪਵਰਡ ਤੋਂ ਰਿਜੈਕਸ਼ਨ ਬਟ ਬਹੁਤੀ ਸਟਰੋਂਗ ਰਿਜੈਕਸ਼ਨ ਨਹੀਂ ਹੈ ਇੱਕ ਰਿਜੈਕਸ਼ਨ ਦਾ ਏਰੀਆ ਹੈ ਰੈਜਿਸਟੈਂਸ ਦਾ ਏਰੀਆ ਹੈ ਡਾਊਨਵਰਡ سپورਟ ਦਾ ਏਰੀਆ ਹੈ ਫਿਰ ਵੀ ਬਹੁਤ ਵਧੀਆ ਅੱਜ ਇਹਦੇ ਵਿੱਚ ਕ੍ਰੈਂਚੇ ਵੀ ਮਾਰਕੀਟ ਚੱਲਦੀ ਹੈਗੀ ਅਪ ਟਾਊਨ ਫਿਰ ਵੀ ਸਾਨੂੰ ਅੱਜ ਵਧੀਆ ਮਿਲ ਸਕਦਾ ਹੈ ਦੇਖਣ ਲਈ ਮੂਮੈਂਟ ਕਿਉਂਕਿ ਰੇਂਜ ਵੀ ਜਿਹੜੀ ਹੈਗੀ ਹੈ 170 ਤੋਂ 80 50 ਹੈਗੀ ਹੈ ਓਕੇ ਸੋ ਜੇ ਰੇਂਜ ਵੀ ਚੱਲਦੀ ਹੈ ਤਾਂ ਅਪਰ ਸਾਈਡ ਤੋਂ ਸੈਲ ਤੇ ਡਾਊਨ ਸਾਈਡ ਤੋਂ ਬਾਏ ਕਰ ਸਕਦੇ ਹਾਂ ਵਿਦ ਟਾਈਟ ਸਟਾਪ ਲੋਸ ਕਿਉਂਕਿ ਮਾਰਕੀਟ ਸਾਈਡਵੇਜ਼ ਹੈ 30 ਮਿੰਟਸ ਦੇਖਦੇ ਹਾਂ ਜਿਵੇਂ 30 ਮਿੰਟਸ ਜਿਵੇਂ ਹੀ ਇਹ ਆਪਣਾ ਹਾਈ ਬ੍ਰੇਕ ਕਰਦੀ ਹੈਗਾ ਅੱਜ ਦਾ ਡੇਲੀ ਹਾਈ 20 50 ਦੀ ਗੱਲ ਕਰ ਲੈਂਦੇ ਆ 20 50 ਇੱਕ ਸਾਈਕੋਲੋਜੀਕਲ ਲੈਵਲ ਹੈ ਜੇ ਉਹ ਬ੍ਰੇਕ ਹੁੰਦਾ ਤਾਂ ਵੀ ਵੀਲ ਬੀ ਬਾਇੰਗ ਬਾਇੰਗ ਕਰਨ ਦੀਆਂ ਦੋ ਪੋਸਿਬਿਲਟੀ ਹੈਗੀ ਹੈ ਇਹ ਤਾਂ ਇੱਥੇ ਜਦੋਂ ਮਾਰਕਟ ਆਏਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਲੈਫਟ ਹੈਂਡ ਸਾਈਡ ਤੇ ਕਿੰਨੇ ਵਿਕਸ ਨੇ ਰਿਜੈਕਸ਼ਨ ਸਪੋਰਟ ਬਣੀ ਹੋਈ ਹੈ ਸਟਰੋਂਗ 30 ਮਿੰਟ ਚ ਜੋ ਮਾਰਕਟ ਅਗਰ ਡਾਊਨ ਜਾਂਦੀ ਹੈਗੀ ਹੈ ਇੱਥੇ ਤੁਸੀਂ ਬਾਇ ਕਰ ਸਕਦੇ ਹੋ ਤੇ ਟੀਪੀ ਤੁਹਾਡਾ ਰਹੇਗਾ 2046 2047 ਜੇ 2050 ਬ੍ਰੇਕ ਹੋ ਜਾਂਦਾ ਹੈ ਅਪਸਾਈਡ ਰੀਟੈਸਟ ਕਰਕੇ ਫਿਰ ਅਪਸਾਈਡ ਦਾ ਬੈਕ ਟੂ ਬੈਕ ਬਾਈ ਲੈ ਸਕਦੇ ਹੋ ਕਿਉਂਕਿ ਸੈਂਸਿਟਿਵ ਏਰੀਆ ਹੈਗਾ ਸੈਲ ਦਾ ਕੋਈ ਚਾਂਸ ਨਹੀਂ ਹੈ ਫਿਲਹਾਲ ਜਦੋਂ ਤੱਕ ਆਪਣਾ ਲੋਅ ਨਹੀਂ ਤੋੜਦਾ 20 30 ਦਾ ਉਦੋਂ ਤੱਕ ਸੈਲ ਮੈਂ ਨਹੀਂ ਕਰਨਾ ਠੀਕ ਹੈ ਟਰੈਪ ਹੋ ਸਕਦੇ ਆ ਕਿਉਂਕਿ ਇਹ ਹੈ ਸਪੋਰਟ ਦਾ ਆਈਡੀਆ ਹੈ 15 ਮਿੰਟ ਦੇ ਵਿੱਚ ਦੇਖੀਏ ਸੇਮ ਹੀ ਆਏਗਾ ਆਲਮੋਸਟ ਆਲਮੋਸਟ ਕੋਈ ਖਾਸ ਡਿਫਰੈਂਸ ਨਹੀਂ ਹੈ ਸਿਰਫ ਕੈਂਡਲਸਟਿਕਸ ਦਾ ਗਿਣਤੀ ਦਾ ਫਰਕ ਹੈ ਅਪਸਾਈਡ ਪ੍ਰੈਸ਼ਰ ਹੈ ਦੇਖ ਸਕਦੇ ਹੋ ਹਰ ਹਾਈਸ ਹਾਇਰ ਹਾਈਸ ਹਾਇਰ ਲੋਸ ਹਾਇਰ ਹਾਈਸ ਹਰ ਲੋਸ ਹਾਇਰ ਲੋਸ ਬਣ ਰਹੇ ਜੋਦ ਤੱਕ ਕਿ ਲੋਅਰ ਨਹੀਂ ਤੋੜਦਾ ਉਦੋਂ ਤੱਕ ਕੋਈ ਸੇਫ ਸੈਲ ਨਹੀਂ ਹੈਗਾ ਸੋ ਪੋਸਿਬਿਲਟੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਇਹ ਇਸ ਨੂੰ ਤੋੜੇਗੀ ਅਪਸਾਈਡ ਠੀਕ ਹੈ ਅਪਸਾਈਡ ਦਾ ਪ੍ਰੈਸ਼ਰ ਇਸ ਵੇਲੇ ਕੈਂਡਲਸ ਦੇ ਵਿੱਚ ਨਜ਼ਰ ਆ ਰਹੇ ਹਨ 5 ਮਿੰਟ ਦੇ ਵਿੱਚ ਜੇ ਦੇਖੀਏ ਸੇਮ ਹੀ ਸਪੋਰਟ ਬਣਾ ਕੇ ਇਹਨੂੰ ਅਪਸਾਈਡ ਦੀ ਮੂਵਮੈਂਟ ਲੈ ਰਿਹਾ 2040 ਤੋਂ ਬਟ ਰੈਜ਼ਿਸਟੈਂਸ ਹੈਗਾ 20 60 20 2048 ਨੂੰ ਸੋ ਰੈਜ਼ਿਸਟੈਂਸ ਨੂੰ ਅਸੀਂ ਬ੍ਰੇਕ ਹੋਣ ਦਾ ਵੇਟ ਕਰਨਾ ਹੈ ਬਹੁਤ ਸੋਣੀ ਇੱਕ ਸਟੈਂਡਰਡ ਮੂਵਮੈਂਟ ਹੈਗੀ ਹੈ ਮਾਰਕੀਟ ਦੀ ਓਕੇ ਪੁੱਲ ਬੈਕ ਟ੍ਰੇਸ ਕਰਦੇ ਹੋਏ ਪੁੱਲ ਬੈਕ ਕਰਦੇ ਹੋਏ ਮਾਰਕੀਟ ਅਪਸਾਈਡ ਜਾ ਰਹੀ ਹੈ ਕਦੋਂ ਤੱਕ ਕੰਟੀਨਿਊ ਰਹੇਗਾ ਲੈਟਸ ਸੀ ਇੱਕ ਡੀਪ ਪੁੱਲ ਬੈਕ ਸੀ ਸਵਿੰਗ ਲੋ ਇਹਨੇ ਤੋੜਿਆ ਹੈ ਬਟ ਸਸਟੇਨ ਨਹੀਂ ਕਰ ਪਾਇਆ ਸੋ ਮੂਵਿੰਗ ਅਪਵਰਡ ਸੋ ਇਹ ਸੀਗਾ ਅੱਜ ਦਾ ਐਨਾਲਿਸਿਸ ਸੋ ਫੰਡਾਮੈਂਟਲ ਨਿਊਜ਼ ਨੂੰ ਧਿਆਨ ਚ ਰੱਖਦੇ ਹੋਏ ਗਾਇਜ਼ ਬੀ ਕੇਅਰਫੁੱਲ ਲੋਡ ਸਾਈਜ਼ ਨੂੰ ਕੰਟਰੋਲ ਰੱਖੋ ਕੰਪਾਊਂਡ ਇਨਕਮ ਦੀ ਜਿਹੜੀ ਹੈਗੀ ਆਪਣੀ ਫਾਰਮੂਲਾ ਨੂੰ ਅਪਲਾਈ ਕਰੋ ਨਵਾਂ ਸਾਲ ਹੈ ਨਵਾਂ ਮਹੀਨਾ ਠੀਕ ਹੈ ਟਾਰਗੇਟ ٹرسٹ ਮੇ ਤੁਹਾਡੇ ਟਾਰਗੇਟ ਪੂਰੇ ਹੋ ਜਾਣਗੇ ਸਾਲ ਦੇ ਐਂਡ ਤੱਕ ਤੁਸੀਂ ਜੇ ਸਬਰ ਦੇ ਨਾਲ ਚੱਲੇ ਕਿੰਨਾ ਪੈਸਾ ਬਚਾਉਂਦੇ ਆ ਉਸ ਤੇ ਵੱਡੀ ਇਹ ਗੱਲ ਹੈ ਕਿ ਤੁਸੀਂ ਪੈਸਾ ਬਚਾਉਣਾ ਸਿੱਖਿਆ ਹੈ ਇੱਕ ਇਸ ਸਾਲ ਦੇ ਵਿੱਚ ਸੋ 15 ਵੀ 40000 ਡਾਲਰ ਤਾਂ ਵੀ ਤੁਸੀਂ ਟ੍ਰੇਡ ਆਪਣੀ ਪ੍ਰੋਫਿਟ ਚ ਬੰਦ ਕਰਦੇ ਹੋ ਐਂਡ ਆਫ ਦਾ ਈਅਰ ਓਵਰਆਲ ਪ੍ਰੋਫਿਟ ਸੋ ਆਈ ਡੋਨਟ ਥਿੰਕ ਸੋ ਕਿ ਕੋਈ ਹੋਰ ਇੰਨੇ ਪੈਸੇ ਕਿਸੇ ਹੋਰ ਬਿਜ਼ਨਸ ਚ ਸਟ्रेस ਫਰੀ ਲਾਈਫ ਜੀ ਕੇ ਕਮਾ ਸਕਦਾ ਸੋ ਬੜੀ ਸਲੋ ਐਂਡ ਸਟੇਡੀ ਪੇਸ ਦੇ ਨਾਲ ਆਪਣਾ ਰਾਹੁਲ ਦਰਾਬੜ ਬਣ ਕੇ ਮਾਰਕੀਟ ਨੂੰ ਕੇਅਰਫੁਲੀ ਅਬਜ਼ਰਵ ਕਰਦੇ ਹੋਏ ਪੇਸ਼ੈਂਸ ਨਾਲ ਚੈਕਲਿਸਟ ਨੂੰ ਸਟ੍ਰਿਕਟਲੀ ਫੋਲੋ ਕਰਦੇ ਹੋਏ ਲੋਡ ਸਾਈਜ਼ ਰਿਸਕ ਰਿਵਾਰਡ ਨੂੰ ਸਟ੍ਰਿਕਟਲੀ ਫੋਲੋ ਕਰਦੇ ਹੋਏ ਟ੍ਰੇਡ ਕਰੋ ਸੋ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੀ ਫਾਈਨੈਂਸ਼ੀਅਲ ਇਸ਼ੂਸ ਨੇ ਉਹ ਸੋਲਵ ਹੋਣਗੇ ਤੇ ਤੁਸੀਂ ਇੱਕ ਡਾਇਨਾਮਿਕ ਟਰੇਡਰ ਬਣ ਕੇ ਸਾਹਮਣੇ ਆਓਗੇ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ